ਇਸ ਪੋਡਕਾਸਟ 'ਤੇ ਤੁਹਾਡਾ ਸਵਾਗਤ ਅਤੇ ਮੈਂ ਤੁਹਾਡਾ ਆਪਣਾ ਸ਼ਾਇਰ ਯਾਰ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਉਰਦੂ ਅਦਬ ਦੇ ਮਕਬੂਲ ਅਦੀਬ ਮਰਹੂਮ ਰਾਮ ਲਾਲ ਦੀ ਲਿਖੀ ਹੋਈ ਕਹਾਣੀ ਥਕਾਵਟ। ਫੱਤੂ ਜਲਾਦ ਨੇ ਜੇਲ੍ਹ ਵਿੱਚ ਆ ਕੇ ਰਿਪੋਰਟ ਦੇ ਦਿੱਤੀ। ਹਰ ਥਾਂ ਉਸਦਾ ਸਵਾਗਤ ਕੌੜੀਆਂ ਨਜ਼ਰਾਂ ਨਾਲ ਹੀ ਹੁੰਦਾ ਸੀ, ਕਿਉਂਕਿ ਉਸਦੇ ਆਉਣ ਦਾ ਮਤਲਬ ਦੂਜੇ ਦਿਨ ਇੱਕ ਬੰਦੇ ਨੇ ਫਾਹੇ ਲੱਗਣਾ ਹੁੰਦਾ ਸੀ। ਨਹੀਂ ਤਾਂ ਜਲਾਦ ਕਿਉਂ ਆਉਂਦਾ? ਜਮਰਾਜ ਨੂੰ ਕਿਸੇ ਨੇ ਜੀ ਆਇਆ ਆਖਿਆ ਹੈ, ਪਰ ਉਸਨੂੰ ਕਦੇ ਵੀ ਚੜ੍ਹੀ ਲੱਥੀ ਦਾ ਖਿਆਲ ਨਹੀਂ ਸੀ ਹੋਇਆ। ਇਹ ਉਸ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ। ਪਿਛਲੇ 40 ਸਾਲਾਂ ਤੋਂ ਇੰਜ ਹੀ ਹੁੰਦਾ ਆ ਰਿਹਾ ਸੀ। ਉਸਨੂੰ ਪਤਾ ਸੀ ਕਿ ਉਸਦਾ ਕਦਮ ਮਨਹੂਸ ਗਿਣਿਆ ਜਾਂਦਾ ਹੈ, ਪਰ ਮਨਹੂਸੀਅਤ ਉਸਦੇ ਜੀਵਨ ਦਾ ਇੱਕ ਅੰਗ ਬਣ ਚੁੱਕੀ ਸੀ। ਇਸ ਕਾਰਨ ਉਹ ਲੋਕਾਂ ਦੀਆਂ ਤਿੱਖੀਆਂ ਨਜ਼ਰਾਂ ਦਾ ਆਦੀ ਹੋ ਚੁੱਕਾ ਸੀ। ਉਸਨੇ ਆਉਂਦੇ ਹੀ ਫਾਹੇ ਦੇਣ ਵਾਲੇ ਰੱਸਿਆਂ ਨੂੰ ਵੇਖਿਆ, ਫਾਂਸੀ ਘਰ ਦੇ ਫੱਟਿਆਂ ਨੂੰ ਤੇਲ ਦਿੱਤਾ, ਜਿਵੇਂ ਆਪਣੇ ਆਪ ਨੂੰ ਕਾਨੂੰਨੀ ਤੌਰ 'ਤੇ ਕਤਲ ਕਰਨ ਦੇ ਵਾਸਤੇ ਉਹ ਤਿਆਰ ਕਰ ਰਿਹਾ ਸੀ। ਇਹ ਉਸਦੀ ਨੌਕਰੀ ਦਾ ਇੱਕ ਅੰਗ ਸੀ। ਦੂਜਿਆਂ ਦੀ ਮੌਤ ਉਸਦਾ ਰਿਜ਼ਕ। ਜੇਲ੍ਹ ਵਿੱਚ ਹੁੰਦੀ ਖੁਸਰ-ਪੁਸਰ ਉਸਦੇ ਕੰਨਾਂ ਤੱਕ ਵੀ ਅੱਪੜੀ, ਪਰ ਉਸਨੂੰ ਇਸ ਦੀ ਪਰਵਾਹ ਨਹੀਂ ਸੀ। ਉਹ ਤਾਂ ਆਪਣੇ ਕੰਮ ਇੰਜ ਕਰਦਾ ਸੀ ਜਿਵੇਂ ਕੋਈ ਮਹਾਂਯੋਗੀ ਤਪੱਸਿਆ ਕਰ ਰਿਹਾ ਹੋਵੇ। ਉਹ ਕਿਸੇ ਦੇ ਜੀਵਨ ਦੀ ਰੇਖਾ ਨਹੀਂ ਸੀ ਮਿਟਾਉਂਦਾ। ਉਹ ਤਾਂ ਜਿਵੇਂ ਮਨੁੱਖ ਜਾਤੀ ਨੂੰ ਅਪਰਾਧ ਅਤੇ ਸਜ਼ਾ ਦਾ ਫਲਸਫਾ ਪੜ੍ਹਾ ਰਿਹਾ ਸੀ। ਉਹ ਬੰਦਾ ਤਾਂ ਬੜਾ ਛੋਟਾ ਸੀ, ਪਰ ਉਸਦਾ ਕੰਮ ਛੋਟਾ ਨਹੀਂ ਸੀ। ਫਾਂਸੀ ਦੇ ਸਮਾਨ ਨੂੰ ਠੀਕ ਠਾਕ ਕਰਕੇ ਉਹ ਆਪਣੇ ਹਨੇਰੇ ਜਿਹੇ ਕਮਰੇ ਵਿੱਚ ਪਿੱਠ ਸਿੱਧੀ ਕਰਨ ਲਈ ਜਾ ਬੈਠਾ। ਅੱਧ ਬੁੱਝੇ ਲੈਂਪ ਦੀ ਬੱਤੀ ਉੱਚੀ ਕਰਕੇ ਬੀੜੀ ਲੈਂਪ ਦੀ ਲਾਟ ਨਾਲ ਸੁਲਗਾਈ, ਖੰਘਿਆ, ਥੁੱਕਿਆ ਅਤੇ ਖੂਹ ਵਰਗੀ ਮੰਜੀ ਉੱਤੇ ਲੰਮਾ ਪੈ ਗਿਆ। ਲੈਂਪ ਦੀ ਮੱਧਮ ਰੌਸ਼ਨੀ ਵਿੱਚ ਉਸਨੂੰ ਬੀਤੇ ਦਿਨ ਚਾਨਣ ਵਾਂਗ ਯਾਦ ਆਉਣ ਲੱਗੇ। ਉਸਨੂੰ ਪਤਾ ਸੀ ਕਿ ਲੋਕ ਉਸਨੂੰ ਜਮਦੂਤ ਕਹਿੰਦੇ ਸਨ, ਮੌਤ ਵਰਗੀ ਭਿਆਨਕ ਚੀਜ਼ ਦਾ ਹਰਕਾਰਾ। ਪਰ ਕੀ ਉਹ ਸੱਚਮੁੱਚ ਜਮਦੂਤ ਸੀ? ਲੋਕੀ ਉਸਨੂੰ ਜੋ ਮਰਜ਼ੀ ਪਏ ਕਹਿਣ, ਪਰ ਉਸਦਾ ਆਪਣਾ ਖਿਆਲ ਸੀ ਕਿ ਉਹ ਪੇਟ ਕਾਰਨ ਜਲਾਦ ਹੈ, ਮਨ ਕਾਰਨ ਨਹੀਂ। ਉਸਨੇ ਇੱਕ ਹੌਕਾ ਜਿਹਾ ਲਿਆ, ਜਿਵੇਂ ਇੰਜ ਜਨਮ ਜਨਮ ਦੀਆਂ ਪੀੜਾਂ ਦਾ ਅੰਤ ਹੋ ਗਿਆ ਹੋਵੇ। ਅਗਲੇ ਮਹੀਨੇ ਵਿੱਚ ਉਹ 58 ਸਾਲ ਦਾ ਹੋ ਜਾਵੇਗਾ। ਇਹ ਫਾਂਸੀ ਦੇਣ ਦਾ ਉਸਦਾ ਆਖਰੀ ਸਰਕਾਰੀ ਕੰਮ ਸੀ ਅਤੇ ਇਸ ਤੋਂ ਬਾਅਦ ਸੇਵਾ ਮੁਕਤੀ। ਉਹ ਰਿਟਾਇਰਮੈਂਟ ਬਾਰੇ ਸੋਚ ਕੇ ਘਬਰਾ ਜਿਹਾ ਗਿਆ। ਜੇ ਇਹ ਨੌਕਰੀ ਨਾ ਰਹੀ ਤਾਂ ਉਹ ਜਾਏਗਾ ਕਿੱਥੇ, ਸਵਾਏ ਉਸਦੇ ਆਪਣੇ ਤਨ ਦੇ? ਇਸ ਰੰਗੀ ਵਸਦੀ ਦੁਨੀਆਂ ਵਿੱਚ ਉਸਦਾ ਆਪਣਾ ਹੋਰ ਕੋਈ ਨਹੀਂ ਸੀ, ਨਾ ਘਰ ਬਾਰ, ਨਾ ਬਾਲ ਬੱਚੇ, ਨਾ ਭੈਣ ਭਰਾ, ਨਾ ਮਾਂ ਪਿਓ, ਬਸ ਦਮ ਦਾ ਦਮ। ਉਸਨੇ ਜ਼ੋਰ ਨਾਲ ਬੀੜੀ ਦਾ ਇੱਕ ਸੂਟਾ ਖਿੱਚਿਆ ਅਤੇ ਸੋਚਣ ਲੱਗਾ ਕਿ ਜਿਹਨੇ ਪੈਦਾ ਕੀਤਾ ਹੈ ਉਹੀ ਵੇਖੂ। ਉਸਨੂੰ ਰੱਬ ਦਾ ਬੜਾ ਹੀ ਥੋੜ੍ਹਾ ਗਿਆਨ ਸੀ। ਅਨਪੜ੍ਹ ਹੋਣ ਕਾਰਨ ਉਸਨੇ ਕੋਈ ਕਿਤਾਬ ਨਹੀਂ ਸੀ ਪੜ੍ਹੀ। ਜਲਾਦ ਹੋਣ ਦੇ ਨਾਤੇ ਕਦੇ ਕਿਸੇ ਨੇ ਉਸਨੂੰ ਮੰਦਰ ਗੁਰਦੁਆਰੇ ਵੀ ਵੜਨ ਨਹੀਂ ਸੀ ਦਿੱਤਾ। ਬਸ ਫਾਂਸੀ ਦੇਣ ਸਮੇਂ ਕਦੇ ਕਦੇ ਉਹ ਰਾਮ, ਵਾਹਿਗੁਰੂ ਅਤੇ ਅੱਲਾ ਦਾ ਨਾਂ ਉਹਨਾਂ ਦੇ ਮੂੰਹੋਂ ਸੁਣ ਲੈਂਦਾ ਸੀ ਅਤੇ ਅੱਧਾ ਨਾਂ ਜਪਦੇ ਹੀ ਉਸਦਾ ਰੱਸਾ ਉਹਨਾਂ ਦੀਆਂ ਜ਼ੁਬਾਨਾਂ ਸਦਾ ਲਈ ਬੰਦ ਕਰ ਦਿੰਦਾ ਸੀ। ਉਹ ਸੋਚਣ ਲੱਗਾ ਕਿ ਕੀ ਮੇਰੇ ਵਰਗੇ ਪਾਪੀ ਬੰਦੇ ਨੂੰ ਰੱਬ ਬਖਸ਼ ਦੇਵੇਗਾ।
ਉਸਨੇ ਬੀੜੀ ਦਾ ਇੱਕ ਹੋਰ ਵੱਡਾ ਸਾਰਾ ਸੂਟਾ ਖਿੱਚ ਕੇ ਕੰਧ ਉੱਤੇ ਥੁੱਕਿਆ। ਅੱਧਾ ਬੁਝਿਆ ਲੈਂਪ ਫੜਫੜਾਉਣ ਲੱਗ ਪਿਆ ਤੇ ਮੈਲੀ ਜਿਹੀ ਕੰਧ ਉੱਤੇ ਉਸਨੂੰ ਆਪਣੇ ਜੀਵਨ ਦਾ ਪਰਛਾਵਾਂ ਨਜ਼ਰ ਆਉਣ ਲੱਗ ਪਿਆ। ਉਹ ਸੋਚਣ ਲੱਗਾ ਕਿ ਉਹ ਇਸ ਪੇਸ਼ੇ ਵਿੱਚ ਕਿਵੇਂ ਆ ਗਿਆ। 50-55 ਵਰੇ ਹੋਏ, ਉਸਦਾ ਪਿਤਾ ਜੇਲ੍ਹ ਦੇ ਵੱਡੇ ਸਾਹਿਬ ਦੇ ਘਰ ਝਾੜੂ ਦੇਣ ਦਾ ਨੌਕਰ ਸੀ। ਸਾਹਿਬ ਅੰਗਰੇਜ਼ ਸੀ। ਉਸ ਵੇਲੇ ਉਸਨੂੰ ਫਾਂਸੀ ਦੇਣ ਵਾਸਤੇ ਇੱਕ ਜਲਾਦ ਦੀ ਲੋੜ ਸੀ। ਕੋਈ ਵੀ ਆਦਮੀ ਇਸ ਕੰਮ ਵਾਸਤੇ ਤਿਆਰ ਨਹੀਂ ਸੀ। ਸਾਹਿਬ ਨੇ ਉਸਦੇ ਪਿਓ ਨੂੰ ਆਖਿਆ, ਪਰ ਉਸਨੇ ਮਾਨਵ ਹੱਤਿਆ ਕਰਨ ਤੋਂ ਬਿਲਕੁਲ ਨਾਂਹ ਕਰ ਦਿੱਤੀ। ਸਾਹਿਬ ਨੇ ਕੁਝ ਲਾਲਚ ਦੇ ਕੇ, ਕੁਝ ਡਰਾ ਧਮਕਾ ਕੇ ਤੇ ਕੁਝ ਪਿਆਰ ਪੁਚਕਾਰ ਕੇ ਉਸਨੂੰ ਤਿਆਰ ਕਰ ਹੀ ਲਿਆ। ਫੱਤੂ ਸ਼ਾਇਦ ਉਦੋਂ 5 ਕੁ ਵਰੇ ਦਾ ਸੀ। ਉਸਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਜਦੋਂ ਉਸਦਾ ਪਿਓ ਪਹਿਲੀ ਫਾਂਸੀ ਦੇ ਕੇ ਜੇਲ੍ਹੋਂ ਬਾਹਰ ਨਿਕਲਿਆ ਸੀ ਤਾਂ ਉਸਦੀ ਮਾਂ ਨੇ ਉਹਨਾਂ ਦੇ ਘਰ ਦਾ ਬੂਹਾ ਸਦਾ ਲਈ ਛੱਡ ਦਿੱਤਾ ਸੀ। ਉਹ ਕਿਸੇ ਕਾਤਲ ਦੀ ਪਤਨੀ ਬਣਨ ਨੂੰ ਤਿਆਰ ਨਹੀਂ ਸੀ, ਭਾਵੇਂ ਉਹ ਕਾਤਲ ਸਰਕਾਰੀ ਹੀ ਸੀ। ਇਹੋ ਜਿਹੇ ਪਾਪੀ ਦਾ ਪੁੱਤਰ ਵੀ ਉਸ ਜਨਾਨੀ ਨੂੰ ਕਬੂਲ ਨਹੀਂ ਸੀ। ਸੋ ਫੱਤੂ ਬਚਪਨ ਵਿੱਚ ਹੀ ਜਿਉਂ ਦੇ ਮਾਂ ਬਾਪ ਦਾ ਯਤੀਮ ਪੁੱਤਰ ਬਣ ਗਿਆ। ਉਸਨੇ ਆਪਣੇ ਸਿਰ ਨੂੰ ਦੋਹਾਂ ਹੱਥਾਂ ਵਿੱਚ ਫੜ ਲਿਆ ਤੇ ਸੋਚਣ ਲੱਗਾ, ਇਹ ਵੀ ਸ਼ਾਇਦ ਕਿਸੇ ਪਿਛਲੇ ਜਨਮ ਦਾ ਹੀ ਕੋਈ ਲੈਣ ਦੇਣ ਸੀ। ਕਰਮਾਂ ਦੀ ਗੱਲ ਸੋਚ ਕੇ ਉਸਨੂੰ ਕਾਂਬਾ ਛਿੜ ਪਿਆ ਕਿ ਪਿਛਲੇ ਜਨਮ ਦੇ ਕਰਮਾਂ ਨੇ ਤਾਂ ਉਸਨੂੰ ਯਲਾਦ ਬਣਾਇਆ ਸੀ ਤੇ ਇਸ ਜਨਮ ਦੇ ਕਰਮ ਉਸਨੂੰ ਕਿਹੜੀ ਜੂਨ ਵਿੱਚ ਸੁੱਟਣਗੇ। ਉਸਨੂੰ ਇੰਜ ਜਾਪਿਆ ਜਿਵੇਂ ਉਸ ਹਨੇਰੀ ਕੋਠੜੀ ਵਿੱਚ ਸੈਂਕੜੇ ਰੂਹਾਂ ਫੜਫੜਾਉਂਦੀਆਂ ਹੋਈਆਂ ਵੜ ਆਈਆਂ ਹੋਣ ਤੇ ਉਸਨੂੰ ਪੁੱਛ ਰਹੀਆਂ ਹੋਣ, ਫੱਤੂ ਸਾਨੂੰ ਪਛਾਣਦਾ ਏ? ਲੈਂਪ ਦੀ ਬੱਤੀ ਆਖਰੀ ਦਮਾਂ ਤੇ ਸੀ। ਚਿਮਨੀ ਕਾਲੀ ਹੋ ਗਈ ਸੀ। ਉਸਨੇ ਬੱਤੀ ਉੱਚੀ ਕਰਨੀ ਚਾਹੀ ਪਰ ਉਹ ਪੱਕ ਪੱਕ ਕਰਕੇ ਬੁੱਝ ਗਈ। ਫੱਤੂ ਪਸੀਨੋ ਪਸੀਨੀ ਹੋ ਗਿਆ। ਉਸਨੇ ਫੇਰ ਤੀਲੀ ਬਾਲੀ, ਬੱਤੀ ਨਾਲ ਨਵੀਂ ਬੀੜੀ ਲਾਈ ਤੇ ਛੇਤੀ ਛੇਤੀ ਨੱਕ ਤੇ ਮੂੰਹ ਵਿੱਚੋਂ ਧੂੰਆਂ ਕੱਢਣ ਲੱਗ ਪਿਆ, ਜਿਵੇਂ ਉਹ ਇਕੱਠੇ ਹੋਏ ਭੂਤ ਪ੍ਰੇਤਾਂ ਨੂੰ ਧੂਣੀ ਦੇ ਕੇ ਨਸਾ ਦੇਣਾ ਚਾਹੁੰਦਾ ਹੋਵੇ। ਉਸਨੂੰ ਬੜੀ ਜ਼ੋਰ ਦੀ ਖੰਘ ਛਿੜ ਪਈ। ਅੱਖਾਂ ਤਾੜੇ ਲੱਗ ਗਈਆਂ। ਖੰਘਾਰ ਕੰਧ ਤੇ ਸੁੱਟਿਆ ਤੇ ਨਿੰਮੋ ਝੂਣਾ ਹੋ ਕੇ ਉਹ ਫੇਰ ਮੰਜੀ ਤੇ ਲੇਟ ਗਿਆ। ਇੱਕ ਬ੍ਰਾਹਮਣ ਨੂੰ ਫਾਂਸੀ ਲਾਉਣੀ ਸੀ। ਉਸਨੇ ਆਪਣੀ ਘਰਵਾਲੀ ਦੀ ਸੰਗੀ ਮਾਤਾ ਦੀ ਮੂਰਤੀ ਦੇ ਹੇਠ ਹੀ ਘੁੱਟ ਦਿੱਤੀ ਸੀ, ਜਿਵੇਂ ਮਾਤਾ ਦਾ ਸਾਰਾ ਕਰੋਪ ਉਸਦੇ ਹੱਥਾਂ ਵਿੱਚ ਆ ਗਿਆ ਹੋਵੇ ਤੇ ਉਸਦਾ ਗੁੱਸਾ ਇੱਕ ਮਾਸੂਮ ਪਰ ਮਜਬੂਰ ਅਬਲਾ ਉੱਤੇ ਨਿਕਲਿਆ ਹੋਵੇ। ਪਰ ਉਸ ਪੰਡਿਤ ਨੇ ਇਨਸਾਫ ਦੇ ਸਾਹਮਣੇ ਆਪਣਾ ਜੁਰਮ ਮੰਨਿਆ ਤੇ ਫਾਂਸੀ ਦੇ ਤਖ਼ਤੇ ਉੱਪਰ ਬੜੀ ਤੇਜਸਵੀ ਰੂਪ ਵਿੱਚ ਸ਼ਾਨ ਨਾਲ ਆ ਕੇ ਖਲੋ ਗਿਆ। ਫੱਤੂ ਦਾ ਹੱਥ ਰੱਸੇ ਉੱਤੇ ਕੰਬਿਆ, ਪਰ ਉਸ ਜਵਾਨ ਬ੍ਰਾਹਮਣ ਨੇ ਕਿਹਾ, ਫੱਤੂ ਆਪਣਾ ਕੰਮ ਕਰ, ਜ਼ਿੰਦਗੀ ਤੇ ਮੌਤ ਤੇਰੇ ਹੱਥ ਵਿੱਚ ਨਹੀਂ। ਤੂੰ ਤਾਂ ਪਰਮ ਸ਼ਕਤੀ ਦਾ ਇੱਕ ਤੁਸ਼ ਜਿਹਾ ਦੂਤ ਏ, ਤੂੰ ਆਪਣਾ ਕਰਮ ਕਰਕੇ ਮੈਨੂੰ ਆਪਣੇ ਕਰਮਾਂ ਦੀ ਸਜ਼ਾ ਭੁਗਤਣ ਦੇ। ਮੈਂ ਉਸ ਜ਼ਿਮੀਦਾਰ ਤੋਂ ਬਦਲਾ ਤਾਂ ਨਹੀਂ ਲੈ ਸਕਿਆ ਜਿਸਨੇ ਮੇਰੀ ਪਤਨੀ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਸੀ, ਪਰ ਮੇਰਾ ਕਰਮ ਇਹੋ ਸੀ ਕਿ ਉਹ ਜਿਸਮ ਖਤਮ ਕਰ ਦੇਵਾਂ ਜਿਸਦੇ ਰੋਏ ਰੋਏ ਤੇ ਮਜਬੂਰਨ ਹੋਏ ਪਾਪ ਦੀ ਕਹਾਣੀ ਸੀ। ਫੱਤੂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਹ ਇੱਕ ਜਲਾਦ ਨਹੀਂ ਕਰਮਯੋਗੀ ਹੈ। ਲੈਂਪ ਦੀ ਬੱਤੀ ਚੁੱਪ ਚਾਪ ਲੋ ਦੇਣ ਲੱਗ ਪਈ ਤੇ ਫੱਤੂ ਦੇ ਦਿਮਾਗ ਵਿੱਚ ਥੋੜ੍ਹੀ ਦੇਰ ਲਈ ਹਿਲਜੁਲ ਬੰਦ ਹੋ ਗਈ। ਫਿਰ ਉਹ ਸੋਚਣ ਲੱਗਾ, ਇਸ ਸਾਰੇ ਨਾਟਕ ਵਿੱਚ ਉਸਦਾ ਕੀ ਹਿੱਸਾ ਹੈ?
ਅੰਤ ਵੇਲੇ ਰੱਸਾ ਖਿੱਚਣਾ? ਉਸਨੇ ਕਦੋਂ ਕਿਸੇ ਨੂੰ ਕਿਹਾ ਸੀ ਕਿ ਕਤਲ ਕਰੋ, ਮੇਰਾ ਕਮਿਸ਼ਨ ਨਹੀਂ ਬਣਦਾ, ਲੋਕੀ ਖੂਨ ਕਰਦੇ ਨੇ, ਪੁਲਿਸ ਫੜਦੀ ਏ, ਅਦਾਲਤ ਸਜ਼ਾ ਦਿੰਦੀ ਏ, ਅਤੇ ਜਦੋਂ ਸਾਰਾ ਨਾਟਕ ਖਤਮ ਹੋ ਜਾਂਦਾ ਏ ਤਾਂ ਉਸਨੂੰ ਜੀਵਨ ਕਹਾਣੀ ਦਾ ਆਖਰੀ ਪਰਦਾ ਖਿੱਚਣ ਲਈ ਸੱਦ ਲਿਆ ਜਾਂਦਾ ਏ। ਦੂਜਿਆਂ ਦੀ ਤਾਂ ਲੋਕ ਇੱਜ਼ਤ ਕਰਦੇ ਨੇ, ਪਰ ਘਿਰਨਾ ਸਿਰਫ ਉਸਦੀ ਹੀ ਕਿਸਮਤ ਵਿੱਚ ਕਿਉਂ? ਇਸ ਦਾ ਜਵਾਬ ਉਸਨੂੰ ਨਹੀਂ ਸੀ ਸੋਚਿਆ। ਫੱਤੂ ਆਦਮੀ ਦੇ ਸੁਭਾਅ ਬਾਰੇ ਸੋਚਣ ਲੱਗਾ। ਲੋਕੀ ਉਸਨੂੰ ਸ਼ਮਸ਼ਾਨ ਦਾ ਕੀੜਾ ਕਿਉਂ ਸਮਝਦੇ ਨੇ? ਉਹ ਵੀ ਆਮ ਆਦਮੀਆਂ ਵਰਗਾ ਇੱਕ ਤੁਛ ਜਿਹਾ ਆਦਮੀ ਏ, ਸ਼ਾਇਦ ਕਈ ਗੱਲਾਂ ਵਿੱਚ ਉਹਨਾਂ ਨਾਲੋਂ ਚੰਗਾ ਵੀ ਹੋਵੇ। ਉਸਨੇ ਕਦੇ ਫਾਂਸੀ ਖੁਸ਼ ਹੋ ਕੇ ਨਹੀਂ ਦਿੱਤੀ, ਨਾ ਹੀ ਉਸਨੂੰ ਕੋਈ ਲਾਲਚੇ, ਨਾ ਹੀ ਕੋਈ ਸ਼ੌਕ। ਉਹ ਆਪਣਾ ਕੰਮ ਕਰਦਾ ਏ ਅਤੇ ਉਹ ਕੰਮ ਇਹੋ ਜਿਹਾ ਏ ਕਿ ਜੇ ਉਸਨੂੰ ਕਿਸੇ 'ਤੇ ਰਹਿਮ ਵੀ ਆ ਜਾਵੇ ਤਾਂ ਰਹਿਮ ਕਰ ਨਹੀਂ ਸਕਦਾ। ਉਸਦੀ ਯਾਦ ਦੇ ਪਰਦੇ ਉੱਤੇ ਦੋ ਔਰਤਾਂ ਦੀ ਤਸਵੀਰ ਉੱਭਰੀ। ਉਹਨਾਂ ਦੋਨਾਂ ਵਿੱਚੋਂ ਇੱਕ ਉਸ ਕਾਤਲ ਅਤੇ ਬਦਮਾਸ਼ ਦੀ ਮਾਂ ਸੀ ਜਿਸ ਨੂੰ ਕੱਲ੍ਹ ਉਸਨੇ ਫਾਹਾ ਦੇਣਾ ਸੀ, ਅਤੇ ਉਸਦੇ ਨਾਲ ਉਸਦੀ ਆਪਣੀ ਮਾਂ ਸੀ ਜਿਹੜੀ 30 ਸਾਲ ਬਾਅਦ ਉਸਨੂੰ ਮਿਲਣ ਆਈ ਸੀ। ਪਹਿਲੀ ਜਨਾਨੀ ਤਾਂ ਗੱਲਾਂ ਕਰਦੀ ਰਹੀ, ਪਰ ਉਸਦੀ ਮਾਂ ਚੁੱਪ ਚਾਪ ਮੂਰਤ ਬਣੀ ਖਲੋਤੀ ਰਹੀ ਸੀ। ਕਾਤਲ ਦੀ ਮਾਂ ਨੇ ਕਿਹਾ, ਰੱਬਾ ਮੇਰਾ ਇਕੱਲਾ ਹੀ ਪੁੱਤਰ ਏ, ਅਤੇ ਫਿਰ ਹੌਲੀ ਜਿਹੀ ਕਹਿਣ ਲੱਗੀ, ਜੇ ਤੂੰ ਰੱਸਾ ਥੋੜ੍ਹਾ ਕੁ ਢਿੱਲਾ ਕਰ ਦੇਵੇਂ ਤਾਂ ਉਹ ਬਚ ਜਾਵੇ। ਉਹ ਬਿਟ ਬਿਟ ਉਸਦੇ ਮੂੰਹ ਵੱਲ ਤੱਕਣ ਲੱਗ ਪਿਆ। ਉਹ ਇੱਕ ਸ਼ਰਾਬੀ, ਦੁਰਾਚਾਰੀ ਅਤੇ ਕਾਤਲ ਦੀ ਮਾਂ ਸੀ ਜਿਹੜੀ ਆਪਣੇ ਇਸ ਨਿਕੰਮੇ ਅਤੇ ਭੈੜੇ ਪੁੱਤਰ ਨੂੰ ਬਚਾਉਣ ਵਾਸਤੇ ਸਭ ਕੁਝ ਕਰ ਸਕਦੀ ਸੀ। ਪਰ ਉਸਦੀ ਆਪਣੀ ਮਾਂ, ਉਹ ਆਪਣੇ ਖੂਨ ਨਾਲ ਜਿਹੜਾ ਇਮਾਨਦਾਰ ਵੀ ਸੀ ਅਤੇ ਕਰਮਚਾਰੀ ਵੀ, ਉਸ ਨਾਲ ਗੱਲਾਂ ਕਰਨ ਲਈ ਤਿਆਰ ਹੀ ਨਹੀਂ ਸੀ। ਉਸਨੇ ਸਾਰੀ ਗੱਲ ਸੁਣ ਕੇ ਕਿਹਾ, ਮੈਂ ਰੱਸਾ ਤਾਂ ਢਿੱਲਾ ਨਹੀਂ ਕਰ ਸਕਦਾ, ਉਹ ਤੇਰਾ ਇਕੱਲਾ ਪੁੱਤਰ ਏ, ਤਾਂ ਉਸਦੀ ਥਾਂ ਮੈਨੂੰ ਪੁੱਤਰ ਬਣਾ ਲੈ। ਇਹ ਸੁਣ ਕੇ ਦੋਵਾਂ ਨੂੰ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ। ਦੋਵੇਂ ਇੱਕਦਮ 2 ਕਦਮ ਪਿੱਛੇ ਹਟ ਗਈਆਂ। ਫੱਤੂ ਦੀ ਮਾਂ ਨੇ ਪਹਿਲੀ ਵਾਰ ਜ਼ੁਬਾਨ ਖੋਲ੍ਹੀ ਅਤੇ ਆਪਣੀ ਸਾਥਣ ਨੂੰ ਕਹਿਣ ਲੱਗੀ, ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਕਿ ਉਹ ਜਲਾ ਦੇ। ਦੋਵਾਂ ਨੇ ਕਹਿਰ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਅਤੇ ਉਹਨੇ ਪੈਰੀਂ ਵਾਪਸ ਚਲੀਆਂ ਗਈਆਂ। ਇਹੋ ਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਉਸਦੇ ਦਿਮਾਗ ਵਿੱਚ ਉੱਭਰੀਆਂ ਅਤੇ ਉਹ ਅੱਜ ਕੱਲ੍ਹ ਦੇ ਸਮੇਂ ਬਾਰੇ ਸੋਚਣ ਲੱਗ ਪਿਆ। ਹੁਣ ਵਕਤ ਕਿੰਨਾ ਬਦਲ ਚੁੱਕਿਆ ਹੈ। 10 ਰੁਪਏ ਇੱਕ ਫਾਂਸੀ ਦਾ ਕਮਿਸ਼ਨ, ਤਨਖਾਹ ਵੱਖਰੀ, 3 ਮਹੀਨਿਆਂ ਵਿੱਚ ਟੈਰਾ ਲੀਨ ਦੀ ਕਮੀਜ਼ ਅਤੇ ਫਾਹਾ ਦੇਣ ਤੋਂ ਬਾਅਦ ਬੋਤਲ ਵਾਧੂ ਦੀ। ਉਸਦੇ ਬੁੱਲਾਂ ਉੱਤੇ ਬੜੀ ਹੀ ਦੁੱਖ ਭਰੀ ਮੁਸਕਾਨ ਫੈਲ ਗਈ ਸੀ। ਉਸਨੇ ਆਪਣੀ ਖੱਦਰ ਦੀ ਪਾਟੀ ਹੋਈ ਕਮੀਜ਼ 'ਤੇ ਹੱਥ ਫੇਰਿਆ ਅਤੇ ਆਪੋ ਹੀ ਬੁੜਬੁੜਾਇਆ, ਪੈਸਾ ਹੀ ਸਭ ਕੁਝ ਹੈ? ਅਤੇ ਆਪੇ ਹੀ ਸੋਚ ਕੇ ਕਹਿਣ ਲੱਗਾ, ਨਹੀਂ। ਫੱਤੂ ਨੇ ਆਪਣੇ ਆਪ ਨੂੰ ਤਸੱਲੀ ਦਿੱਤੀ। ਉਸਨੂੰ ਉਹ ਹੱਸਦਾ ਖੇਡਦਾ ਮੁੰਡਾ ਯਾਦ ਆ ਗਿਆ ਜਿਸਨੇ ਆਪਣੇ ਦੇਸ਼ ਵਾਸਤੇ ਜਾਨ ਨਿਛਾਵਰ ਕਰ ਦਿੱਤੀ ਸੀ। ਮੁਸ਼ਕਲ ਨਾਲ ਉਸਦੀ ਉਮਰ 20-21 ਸਾਲ ਦੀ ਹੋਵੇਗੀ। ਤਖ਼ਤੇ 'ਤੇ ਪਹੁੰਚ ਕੇ ਉਸਨੇ ਕਿਹਾ, ਇਨਕਲਾਬ ਜ਼ਿੰਦਾਬਾਦ। ਰੱਸਾ ਪਾਉਣ ਤੋਂ ਪਹਿਲਾਂ ਉਸਨੇ ਮੁਸਕਰਾ ਕੇ ਫੱਤੂ ਵੱਲ ਵੇਖਿਆ ਅਤੇ ਇਹ ਘਟਨਾ ਅੱਜ ਵੀ ਫੱਤੂ ਦੀਆਂ ਯਾਦਾਂ ਵਿੱਚ ਇੱਕ ਸੁਨਹਿਰੀ ਭੰਡਾਰ ਸੀ। ਲੋਕੀ ਕਹਿੰਦੇ ਨੇ ਕਿ ਉਸਦਾ ਪਿਓ ਅਮੀਰ ਸੀ, ਉਸਦੇ ਕੋਲ ਜਾਇਦਾਦ ਅਤੇ ਸਰਕਾਰ ਦਾ ਦਿੱਤਾ ਖਿਤਾਬ ਸੀ, ਪਰ ਉਸ ਸ਼ੇਰ ਨੇ ਸਭ ਕਾਸੇ ਨੂੰ ਠੋਕਰ ਮਾਰ ਦਿੱਤੀ ਸੀ। ਜਦੋਂ ਫੱਤੂ ਫਾਂਸੀ ਵਾਲੇ ਟੋਏ ਵਿੱਚ ਉਸਦੇ ਮੁਰਦਾ ਸਰੀਰ ਨੂੰ ਠੀਕ ਠਾਕ ਕਰਨ ਵਾਸਤੇ ਉਤਰਿਆ ਤਾਂ ਉਸਦੇ ਲਟਕਦੇ ਪੈਰ ਉਸਨੇ ਪਹਿਲੀ ਵਾਰੀ ਆਪਣੇ ਹੰਝੂਆਂ ਨਾਲ ਧੋਤੇ।
ਉਸਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਸ਼ਹੀਦ ਨੂੰ ਇਸ ਗੱਲ ਦਾ ਪਤਾ ਸੀ। ਉਸਨੇ ਆਪਣੇ ਪੈਰ ਪਛਾਣ ਨਹੀਂ ਸੀ ਖਿੱਚੇ, ਨਾ ਹੀ ਉਸਨੂੰ ਫੱਤੂ ਨਾਲ ਕੋਈ ਨਫ਼ਰਤ ਸੀ। ਉਸਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਜ਼ਿੰਦਗੀ ਦੀ ਲਹਿਰ ਦੌੜ ਗਈ। ਕਈ ਦਿਨ ਫੱਤੂ ਆਪਣੀ ਕੋਠੜੀ 'ਚੋਂ ਬਾਹਰ ਨਹੀਂ ਸੀ ਨਿਕਲਿਆ। ਇਸ ਕਾਰਨ ਨਹੀਂ ਕਿ ਉਸਨੂੰ ਲੋਕਾਂ ਦਾ ਡਰ ਸੀ, ਨਹੀਂ, ਉਸਦਾ ਅੰਦਰਲਾ ਕਹਿ ਰਿਹਾ ਸੀ ਕਿ ਫੱਤੂ ਤੂੰ ਸੱਚੀ ਹੀ ਜਲਾਦ ਹੈ। ਫੱਤੂ ਨੇ ਇੱਕ ਨਵੀਂ ਬੀੜੀ ਸੁਲਗਾਈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਇੱਕ ਵਾਰੀ ਫੱਤੂ ਉਸਦੀ ਸਮਾਧ 'ਤੇ ਗਿਆ। ਜਦੋਂ ਉਹ ਚੁੱਪ ਚਾਪ ਪੱਥਰਾਂ ਨੂੰ ਵੇਖ ਰਿਹਾ ਸੀ ਤਾਂ ਉਸਨੂੰ ਇੰਝ ਜਾਪਿਆ ਜਿਵੇਂ ਉਹ ਪੱਥਰਾਂ ਵਿੱਚੋਂ ਹੱਸਦਾ ਖੇਡਦਾ ਉਸਦੇ ਕੋਲ ਆ ਗਿਆ ਅਤੇ ਪੁੱਛਣ ਲੱਗਾ, ਫੱਤੂ ਤੇਰਾ ਕੀ ਹਾਲ ਹੈ? ਤੂੰ ਆਪਣੇ ਆਪ ਨੂੰ ਦੋਸ਼ੀ ਨਾ ਸਮਝ, ਮੈਂ ਤਾਂ ਅਮਰ ਹਾਂ, ਮੈਂ ਕਦੇ ਨਹੀਂ ਮਰ ਸਕਦਾ। ਅਤੇ ਇਸ ਗੱਲ ਨੂੰ ਵੀ ਨਾ ਭੁੱਲੀ ਕਿ ਮੈਨੂੰ ਸ਼ਹੀਦੀ ਪ੍ਰਾਪਤ ਕਰਾਉਣ ਵਿੱਚ ਤੇਰਾ ਵੀ ਬਹੁਤ ਵੱਡਾ ਹਿੱਸਾ ਹੈ। ਤੈਨੂੰ ਯਾਦ ਹੈ ਨਾ ਕਿ ਮੇਰੀ ਆਖਰੀ ਪੈੜੀ ਤੂੰ ਹੀ ਪਾਰ ਕਰਾਈ ਸੀ? ਫੱਤੂ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਤੁਰੇ। ਉਹ ਅਮਰ ਸ਼ਹੀਦ ਉਸਦੇ ਨਾਲ ਪਿਆਰ ਕਰਦਾ ਸੀ, ਉਸਨੂੰ ਆਪਣੀਆਂ ਤਰੁੱਟੀਆਂ ਦਾ ਪਤਾ ਸੀ, ਪਰ ਉਸਦੇ ਪਿਆਰ ਦਾ ਅਥਾਹ ਸਮੁੰਦਰ ਸਦਾ ਸਦਾ ਲਈ ਉਸਨੂੰ ਕਰਮਯੋਗੀ ਹੋਣ ਦੀ ਪ੍ਰੇਰਨਾ ਦਿੰਦਾ ਸੀ। ਉਸਦੇ ਵਿਚਾਰਾਂ ਦੀ ਉਡਾਨ ਉਸਦੇ ਯਾਦਾਂ ਦੇ ਰੱਥ ਉੱਤੇ ਚੜ੍ਹ ਕੇ ਬਹੁਤ ਦੂਰ ਚਲੀ ਗਈ। ਉਸਦਾ ਆਪਣੇ ਜੀਵਨ ਵਿੱਚ ਅਨੇਕਾਂ ਪ੍ਰਕਾਰ ਦੇ ਮਨੁੱਖਾਂ ਨਾਲ ਵਾਸਤਾ ਪਿਆ ਸੀ। ਇੱਕ ਵਾਰੀ ਉਸਨੇ ਇੱਕ ਇਹੋ ਜਿਹੇ ਬੰਦੇ ਨੂੰ ਫਾਹੇ ਲਾਇਆ ਸੀ ਜਿਸ ਨੇ ਸ਼ਰਾਬ ਪੀ ਕੇ 3 ਖੂਨ ਕੀਤੇ ਸਨ ਅਤੇ ਫਾਂਸੀ ਦੇ ਤਖ਼ਤੇ 'ਤੇ ਕਹਿਣ ਲੱਗਾ ਸੀ ਕਿ ਮੇਰੀ ਲਾਸ਼ ਉੱਤੇ ਸ਼ਰਾਬ ਦੀ ਬੋਤਲ ਉਲਟਾ ਦੇਣਾ। ਪੁੱਠੀ ਸੋਚ ਵਾਲੇ ਪੁੱਠੀਆਂ ਗੱਲਾਂ ਹੀ ਕਰਦੇ ਨੇ, ਪਰ ਫੱਤੂ ਦੀ ਮੰਗ ਕੀ ਸੀ? ਉਹ ਆਪਣੇ ਦਿਮਾਗ ਦੇ ਕੋਨੇ ਫਰੋਲਣ ਲੱਗਾ। ਉਸਨੂੰ ਆਪ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਚਾਹੁੰਦਾ ਏ। ਫਿਰ ਉਸਨੂੰ ਯਾਦ ਆਇਆ ਕਿ ਲੋਕੀ ਮਰਨ ਵਾਲੇ ਦੀ ਆਖਰੀ ਖੁਆਇਸ਼ਾਂ ਦੀਆਂ ਕਹਾਣੀਆਂ ਅੜਾਉਂਦੇ ਰਹਿੰਦੇ ਨੇ। ਇੱਕ ਵਾਰੀ ਜਦੋਂ ਉਹ ਬਾਹਰ ਨਿਕਲਿਆ ਸੀ ਤਾਂ ਇੱਕ ਬਾਊ ਨੇ ਉਸ ਕੋਲੋਂ ਪੁੱਛਿਆ ਸੀ, ਜਿਸ ਨੂੰ ਤੂੰ ਫਾਹੇ ਦੇ ਕੇ ਆਇਆ ਹੈ ਉਸਦੀ ਆਖਰੀ ਇੱਛਾ ਕੀ ਸੀ? ਫੱਤੂ ਨੂੰ ਇਸ ਫਜ਼ੂਲ ਸਵਾਲ 'ਤੇ ਬੜਾ ਗੁੱਸਾ ਆਇਆ ਸੀ। ਉਸਨੇ ਬਾਊ ਨੂੰ ਕੌੜੀ ਆਵਾਜ਼ ਵਿੱਚ ਜਵਾਬ ਦਿੱਤਾ, ਉਹ ਕਹਿੰਦਾ ਸੀ ਕਿ ਉਸਦੇ ਬਾਅਦ ਤੈਨੂੰ ਫਾਹੇ ਲਾ ਦਿੱਤਾ ਜਾਏ, ਕਿਉਂ ਤਿਆਰ ਹੈ? ਸਵਾਲ ਕਰਨ ਵਾਲਾ ਬਾਊ ਬੜੀ ਦੇਰ ਤੱਕ ਨਿਗ੍ਹਾ ਟਿਕਾ ਕੇ ਉਸ ਵੱਲ ਵੇਖਦਾ ਰਿਹਾ ਸੀ ਅਤੇ ਫਿਰ ਚੁੱਪ ਕਰਕੇ ਖਿਸਕ ਗਿਆ ਸੀ। ਫੱਤੂ ਸੋਚਣ ਲੱਗਾ, ਆਖਰੀ ਇੱਛਾ? ਫਾਂਸੀ ਲੱਗਣ ਵਾਲੇ ਦੀ ਆਖਰੀ ਇੱਛਾ ਇਹ ਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਜ਼ਿੰਦਗੀ ਦੇ ਇਸ ਨਾਟਕ ਨੂੰ ਖਤਮ ਕੀਤਾ ਜਾਵੇ। ਫੱਤੂ ਜਲਾਦ ਸੀ। ਉਸਨੂੰ ਪਤਾ ਸੀ ਕਿ ਫਾਂਸੀ ਕੋਠੜੀਆਂ ਤੋਂ ਲੈ ਕੇ ਫਾਂਸੀ ਦੇ ਤਖ਼ਤੇ ਤੱਕ ਥੋੜ੍ਹੇ ਜਿਹੇ ਕਦਮ ਕੋਹਾਂ 'ਚ ਬਦਲ ਜਾਂਦੇ ਨੇ ਅਤੇ ਥੋੜ੍ਹੇ ਜਿਹੇ ਮਿੰਟ ਸਦੀਆਂ ਵਿੱਚ। ਸ਼ੁਕਰ ਹੈ ਰੱਬ ਦਾ, ਇਹ ਉਸਦਾ ਆਖਰੀ ਫਾਂਸੀ ਦੇਣ ਦਾ ਦਿਨ ਸੀ। ਅੱਗੋਂ ਕੋਈ ਉਸ ਕੋਲੋਂ ਇਹੋ ਜਿਹਾ ਬੇਹੂਦਾ ਸਵਾਲ ਨਹੀਂ ਪੁੱਛੇਗਾ, ਨਾ ਹੀ ਕੋਈ ਇਹ ਪੁੱਛੇਗਾ ਕਿ ਜੇ ਵਕਤ ਤੋਂ 1 ਮਿੰਟ ਉੱਪਰ ਹੋ ਜਾਏ ਤਾਂ ਫਾਂਸੀ ਲੱਗ ਸਕਦੀ ਏ ਜਾਂ ਨਹੀਂ, ਜਿਵੇਂ ਜੇਲ੍ਹ ਵਾਲੇ ਤੁਰਦੇ ਫਿਰਦੇ ਘੰਟਾ ਘਰ ਹੁੰਦੇ ਹੋਣ। ਅਤੇ ਨਾਲ ਰੇਸ਼ਮ ਦੀ ਡੋਰੀ ਵਾਲੀ ਕਹਾਵਤ। ਫੱਤੂ ਸੋਚਣ ਲੱਗਾ ਕਿ ਲੋਕੀ ਮਰਨ ਵਿੱਚ ਵੀ ਨਰਮਾਈ ਲੱਭਦੇ ਨੇ, ਸਖ਼ਤ ਖੁਰਦਰਾ ਰੱਸਾ ਉਹਨਾਂ ਨੂੰ ਪਸੰਦ ਨਹੀਂ, ਉਹ ਰੇਸ਼ਮ ਦੇ ਖੀਨ ਖਾਬ ਦੀਆਂ ਨਰਮ ਅਤੇ ਚਮਕਦਾਰ ਰੱਸੀਆਂ ਲੱਭਦੇ ਨੇ। ਜਿਵੇਂ ਫਾਂਸੀ ਦਾ ਤਖ਼ਤਾ ਨਾ ਹੋਇਆ ਬੱਚੇ ਦਾ ਝੂਲਾ ਹੋ ਗਿਆ ਜਿਸ ਨੂੰ ਰੰਗ ਬਿਰੰਗੀਆਂ ਡੋਰੀਆਂ ਨਾਲ ਖਿੱਚਿਆ ਜਾਂਦਾ ਏ। ਅਤੇ ਜੇ ਮਰਨ ਵਾਲੇ ਨੂੰ ਮੁਸਕਰਾ ਕੇ ਫੱਤੂ ਪੁੱਛੇ
ਤੈਨੂੰ ਇਹ ਮੇਰੀ ਫਾਹਾ ਦੇਣ ਵਾਲੀ ਰੱਸੀ ਪਸੰਦ ਹੈ ਨਾ, ਇਹ ਇੰਪੋਰਟਡ ਹੈ, ਮੈਂ ਬਲੈਕ ਵਿੱਚ ਲਈ ਸੀ। ਫੱਤੂ ਆਪ ਹੀ ਆਪਣੇ ਮਜ਼ਾਕ ਉੱਤੇ ਮੁਸਕਰਾ ਪਿਆ। ਲੋਕਾਂ ਵਿੱਚ ਫਾਂਸੀ ਦੇ ਤਖ਼ਤੇ ਨਾਲ ਜੁੜੀਆਂ ਕਿੰਨੀਆਂ ਹੀ ਵਹਿਮਈ ਅਤੇ ਪੁੱਠੀਆਂ ਸਿੱਧੀਆਂ ਕਹਾਣੀਆਂ ਪ੍ਰਚਲਿਤ ਨੇ। ਉਹਨਾਂ ਦਾ ਖਿਆਲ ਹੈ ਕਿ ਜੇ ਤਖ਼ਤੇ ਦੀ ਚਿੱਪਰ ਤਾਵੀਜ਼ ਵਿੱਚ ਮੜਾ ਕੇ ਵਾਂਝ ਔਰਤ ਦੇ ਗਲ ਵਿੱਚ ਪਾ ਦਿੱਤੀ ਜਾਵੇ ਤਾਂ ਉਸਦੇ ਬੱਚਾ ਪੈਦਾ ਹੋ ਜਾਂਦਾ। ਪਰ ਫੱਤੂ ਦਾ ਖਿਆਲ ਹੋਰ ਸੀ। ਉਹ ਸੋਚਦਾ ਸੀ ਕਿ ਜਿਸ ਤਖ਼ਤੇ ਨੇ ਸ਼ੇਰਾਂ ਵਰਗੇ ਜਵਾਨਾਂ ਦਾ, ਜਿਹੜੇ ਹਾਲੇ ਦਰਜਨਾਂ ਬੱਚੇ ਪੈਦਾ ਕਰ ਸਕਦੇ ਸਨ, ਜੀਵਨ ਖੋਹ ਲਿਆ, ਵਾਂਝ ਔਰਤ ਨੂੰ ਬੱਚੇ ਦੀ ਦਾਤ ਕਿੰਝ ਦੇ ਸਕਦਾ ਹੈ। ਰਾਤ ਅੱਧੀ ਨਾਲੋਂ ਵੀ ਵੱਧ ਬੀਤ ਗਈ ਸੀ। ਜੇਲ੍ਹ ਦੇ ਘੜਿਆਲ ਨੇ 2 ਵਜਾਏ। ਫੱਤੂ ਨੇ ਸਵੇਰੇ ਉੱਠ ਕੇ ਬੜੇ ਕੰਮ ਕਰਨੇ ਸਨ। ਉਸਨੇ 4 ਵਜੇ ਫਾਂਸੀ ਘਰ ਪਹੁੰਚਣਾ ਸੀ, ਜਿੱਥੇ ਲੋੜੀਂਦਾ ਸਾਰਾ ਸਮਾਨ ਪਰਖਣਾ ਸੀ। ਪਰ ਇਸ ਵਿੱਚ ਉਸਨੂੰ ਫਿਕਰ ਨਹੀਂ ਸੀ। ਉਹ ਤਾਂ ਉਸ ਮਦਾਰੀ ਵਰਗਾ ਸੀ ਜਿਸਨੂੰ ਆਪਣੇ ਸਾਰੇ ਕਰਤੱਬ ਯਾਦ ਸਨ। ਰਾਤ ਦੇ ਜਗਰਾਤੇ ਅਤੇ ਥਕਾਵਟ ਦਾ ਉਸ ਉੱਤੇ ਕੋਈ ਅਸਰ ਨਹੀਂ ਸੀ। ਉਹ ਆਪਣੇ ਕੰਮ ਦਾ ਮਾਹਰ ਸੀ। ਉਸਨੂੰ ਚਿੰਤਾ ਸੀ ਤਾਂ ਬਸ ਇਹੀ ਕਿ ਰਿਟਾਇਰਮੈਂਟ ਤੋਂ ਬਾਅਦ ਉਸਦਾ ਕੀ ਬਣੇਗਾ। ਥੋੜ੍ਹੇ ਦਿਨ ਪਹਿਲਾਂ ਹੀ ਉਸਨੇ ਇੱਕ ਫਿਲਮ ਵੇਖੀ ਸੀ। ਉਸ ਵਿੱਚ ਇੱਕ ਫਾਂਸੀ ਦੇਣ ਵਾਲਾ ਦ੍ਰਿਸ਼ ਵੀ ਸੀ। ਉਹਨਾਂ ਜਿਹੜਾ ਬੰਦਾ ਜਲਾਦ ਬਣਾਇਆ ਸੀ ਉਸਦੀ ਸ਼ਕਲ ਵੇਖ ਕੇ ਫੱਤੂ ਨੂੰ ਹਾਸਾ ਆ ਗਿਆ ਸੀ। ਬੜਾ ਉੱਚਾ ਲੰਮਾ, ਮੋਟਾ ਚੌੜਾ, ਕਾਲਾ, ਲਾਲ ਲਾਲ ਅੱਖਾਂ ਅਤੇ ਵੱਡੀਆਂ ਵੱਡੀਆਂ ਮੁੱਛਾਂ ਵਾਲਾ ਆਦਮੀ ਸੀ ਉਹ। ਫੱਤੂ ਸੋਚਣ ਲੱਗਾ ਕਿ ਜੇ ਇਸਨੂੰ ਫਾਂਸੀ ਕੋਠੜੀਆਂ ਦੇ ਅੱਗੋਂ ਲੰਘਾ ਦੇਣ ਤਾਂ ਅੱਧੇ ਬੰਦੇ ਤਾਂ ਉਂਝ ਹੀ ਮਰ ਜਾਣ। ਇਹ ਸਾਰਾ ਹਾਸੋਹੀਣਾ ਦ੍ਰਿਸ਼ ਪੇਸ਼ ਕਰਨ ਦੀ ਕੀ ਲੋੜ ਸੀ? ਫਿਲਮਾਂ ਵਾਲੇ ਵੀ ਫਾਂਸੀ ਦੇ ਦ੍ਰਿਸ਼ ਵਿੱਚ ਰੰਗੀਨੀ ਭਾਲਦੇ ਨੇ। ਇਹ ਸੋਚ ਕੇ ਉਸਨੂੰ ਉਸ ਮੋਟੇ ਬਾਣੀਏ ਦਾ ਚੇਤਾ ਆ ਗਿਆ ਜਿਸਨੂੰ ਫਾਂਸੀ ਲੱਗਣ ਤੋਂ ਪਹਿਲਾਂ ਹੀ ਡਰ ਨਾਲ ਦਿਲ ਦਾ ਦੌਰਾ ਪੈ ਗਿਆ ਸੀ ਅਤੇ ਕੋਠੜੀ ਦੇ ਅੰਦਰ ਹੀ ਮਰ ਗਿਆ ਸੀ ਉਹ। ਉਸ ਜੇਲ੍ਹ ਦਾ ਅੰਗਰੇਜ਼ ਸੁਪਰਡੈਂਟ ਬੜਾ ਸਖ਼ਤ ਸੀ। ਉਸਨੇ ਹੁਕਮ ਦਿੱਤਾ ਸੀ ਕਿ ਫੱਤੂ ਇਸ ਲਾਸ਼ ਨੂੰ ਹੀ ਲਟਕਾ ਦੇ। ਉਹ ਤਾਂ ਸ਼ੁਕਰ ਕਰੋ ਦੂਜੇ ਅੰਗਰੇਜ਼ ਸਰਜਨ ਨੇ ਉਸਨੂੰ ਸਮਝਾਇਆ ਕਿ ਮੁਰਦਾ ਨੂੰ ਦੂਜੀ ਵਾਰ ਕਿਵੇਂ ਮਾਰਿਆ ਜਾ ਸਕਦਾ ਹੈ। ਦੋਵੇਂ ਹੀ ਫਰੰਗੀ ਸਨ, ਇੱਕ ਦੂਜੇ ਦੀ ਗੱਲ ਮੰਨ ਗਏ, ਦੇਸੀ ਦੀ ਕਿੱਥੇ ਮੰਨਦੇ। ਅਤੇ ਤੀਜਾ ਇੱਕ ਪਠਾਣ ਸੀ ਜਿਸਨੇ ਫਾਂਸੀ ਦੀ ਕੋਠੜੀ ਵਿੱਚੋਂ ਨਿਕਲਣ ਤੋਂ ਪਹਿਲਾਂ ਹੀ ਇੱਕ ਤੂਫਾਨ ਖੜ੍ਹਾ ਕਰ ਦਿੱਤਾ ਸੀ। ਲਾਲੇ ਦੀ ਸ਼ਕਲ ਕਿੰਨੀ ਬਦਸੂਰਤ ਸੀ ਅਤੇ ਪਠਾਣ ਕਿੰਨਾ ਸੋਹਣਾ, ਪਰ ਦੋਵੇਂ ਮਿੱਟੀ ਦੇ ਪੁਤਲੇ ਸਨ, ਮਿੱਟੀ ਵਿੱਚ ਮਿਲ ਗਏ। ਮੌਤ ਨਾ ਖੂਬਸੂਰਤੀ ਵੇਖਦੀ ਏ ਨਾ ਬਦਸੂਰਤੀ। ਫੱਤੂ ਸੋਚਣ ਲੱਗਾ ਕਿ ਉਸਦੀ ਮਿੱਟੀ ਦਾ ਕੀ ਬਣੇਗਾ। ਉਸਨੇ ਅੱਧ ਬੁਝੀ ਬੀੜੀ ਆਪਣੇ ਕੰਨ ਪਿੱਛੋਂ ਕੱਢ ਕੇ ਮੂੰਹ ਵਿੱਚ ਪਾਈ, ਸਲਗਾਈ ਅਤੇ ਇੱਕ ਲੰਮਾ ਸੂਟਾ ਖਿੱਚਿਆ। ਖੰਘ ਕੇ ਖੰਘਾਰ ਫਰਸ਼ ਉੱਤੇ ਸੁੱਟ ਦਿੱਤਾ। ਉੱਚੀ ਆਵਾਜ਼ ਵਿੱਚ ਆਪਣੇ ਆਪ ਨੂੰ ਕਹਿਣ ਲੱਗਾ, ਇਹ ਵੀ ਤਾਂ ਮਿੱਟੀ ਹੋਈ ਹੈ ਨਾ, ਥੋੜ੍ਹਾ ਚਿਰ ਪਹਿਲਾਂ ਮੇਰੀ ਛਾਤੀ ਵਿੱਚ ਸੀ ਅਤੇ ਹੁਣ ਮੈਂ ਇਸਨੂੰ ਛੂਹ ਵੀ ਨਹੀਂ ਸਕਦਾ। ਉਸਨੂੰ ਉਸ ਛੋਟੇ ਜਿਹੇ ਬੱਚੇ ਦਾ ਖਿਆਲ ਆਇਆ ਜਿਸਦੇ ਪਿਓ ਨੂੰ ਉਸਨੇ ਫਾਹਾ ਦਿੱਤਾ ਸੀ। ਵਾਰਿਸ ਉਸਦੀ ਲਾਸ਼ ਨੂੰ ਗੱਡੇ 'ਤੇ ਲੱਦ ਕੇ ਲਿਜਾਣ ਲੱਗੇ ਤਾਂ ਬੱਚੇ ਨੂੰ ਆਪਣੇ ਪਿਓ ਦਾ ਚੁੱਪਚਾਪ ਲੰਮਾ ਪੈਣਾ ਸਮਝਣਾ ਆਇਆ। ਉਹ ਉਸਦੇ ਕੋਲ ਜਾ ਕੇ ਉਸਦੀ ਦਾੜੀ ਨਾਲ ਖੇਡਣ ਲੱਗ ਪਿਆ। ਇਹ ਖੇਡ ਉਸਦੇ ਪਿਓ ਨੂੰ ਬੜੀ ਪਸੰਦ ਸੀ। ਉਸਦੀ ਰੋਂਦੀ ਹੋਈ ਦਾਦੀ ਬੱਚੇ ਨੂੰ ਪਿਓ ਦੀ ਲਾਸ਼ ਕੋਲੋਂ ਪਰੇ ਹਟਾ ਕੇ ਕਹਿਣ ਲੱਗੀ, ਪੁੱਤ ਇਹ ਤਾਂ ਮਿੱਟੀ ਹੈ। ਪਰ ਇਹ ਗੱਲ ਬੱਚੇ ਦੀ ਸਮਝ ਤੋਂ ਬਾਹਰ ਦੀ ਸੀ। ਉਸਨੇ ਆਪਣੇ ਵੱਲੋਂ ਦਾਦੀ ਨੂੰ ਸਮਝਾਉਂਦਿਆਂ ਕਿਹਾ, ਨਹੀਂ ਬੇਬੇ, ਇਹ ਮਿੱਟੀ ਥੋੜ੍ਹੀ ਹੈ, ਇਹ ਤਾਂ ਬਾਪੂ ਦੇ ਵਾਲ ਹੈ। ਅਤੇ ਬੱਚੇ ਦੀ ਨਿੱਕੀ ਜਿਹੀ ਗੱਲ
ਬਾਕੀਆਂ ਦੀਆਂ ਚੀਕਾਂ ਹੇਠ ਦਬ ਕੇ ਰਹਿ ਗਈ ਸੀ। ਜੇਲ੍ਹ ਦੇ ਘੜਿਆਲ ਨੇ 3 ਵਜਾ ਦਿੱਤੇ। ਬੱਤੀ ਦੀ ਰੌਸ਼ਨੀ ਹੌਲੀ ਹੌਲੀ ਖਤਮ ਹੋ ਰਹੀ ਸੀ। ਫੱਤੂ ਨੇ ਸੋਚਿਆ, ਹੁਣ ਆਰਾਮ ਕਰਨ ਦਾ ਕੋਈ ਵੇਲਾ ਨਹੀਂ। ਉਸਨੇ ਮੰਜੀ ਤੋਂ ਉੱਠਣਾ ਚਾਹਿਆ, ਪਰ ਉਸਦੀ ਦੇਹ ਨੇ ਉਸਦਾ ਸਾਥ ਨਾ ਦਿੱਤਾ। ਕਈ ਵਰ੍ਹਿਆਂ ਦੀ ਥਕਾਵਟ ਮਨ 'ਤੇ ਬੋਝ ਬਣੀ ਹੋਈ ਸੀ। ਕਮਰੇ ਵਿੱਚ ਤਕਰੀਬਨ ਹਨੇਰਾ ਸੀ। ਫੱਤੂ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ ਕਿਸੇ ਗੂੜ੍ਹੇ ਹਨੇਰੇ ਵਿੱਚ ਡੁੱਬਦਾ ਜਾ ਰਿਹਾ ਹੈ। ਉਸਨੇ ਹਿੰਮਤ ਕਰਕੇ ਮੰਜੀ ਛੱਡਣੀ ਚਾਹੀ, ਪਰ ਉਸਨੂੰ ਚੱਕਰ ਜਿਹਾ ਆ ਗਿਆ। ਕੋਠੜੀ ਦਾ ਹਨੇਰਾ ਹੋਰ ਗੂੜ੍ਹਾ ਹੋ ਗਿਆ। ਉਸਨੇ ਫਰੋਲ ਫਰਾਲ ਕੇ ਬੀੜੀ ਕੱਢੀ ਤੇ ਮਾਚਿਸ ਲੱਭਣ ਲੱਗਾ। ਅੱਖਾਂ ਸਾਹਮਣੇ ਹਨੇਰਾ ਹੀ ਹਨੇਰਾ ਸੀ। ਕਿਸੇ ਤਰ੍ਹਾਂ ਬੀੜੀ ਲਾ ਲਈ। ਖੰਘਣ ਲਈ ਝੁਕਿਆ ਤਾਂ ਝੁਕਿਆ ਹੀ ਰਹਿ ਗਿਆ। ਲੈਂਪ ਵੀ ਫੜਫੜਾ ਕੇ ਬੁੱਝ ਗਿਆ। ਅਗਲੀ ਸਵੇਰ ਤੜਕੇ ਇੱਕ ਵਾਰਡਨ ਨੇ ਜੇਲਰ ਨੂੰ ਰਿਪੋਰਟ ਦਿੱਤੀ, ਹਜ਼ੂਰ ਫੱਤੂ ਮਰ ਗਿਆ। ਜੇਲਰ ਨੇ ਬਿਨਾਂ ਸੋਚੇ ਸਮਝੇ ਕਿਹਾ, ਐਂ ਕਿਵੇਂ ਮਰ ਗਿਆ, ਕੰਮ ਪੂਰਾ ਕਰਨ ਤੋਂ ਪਹਿਲਾਂ? ਬੁੱਢੇ ਵਾਰਡਨ ਨੇ ਕਿਹਾ, ਜਨਾਬ ਮੌਤ ਕਿਸੇ ਦੀ ਗੁਲਾਮ ਨਹੀਂ। ਜੇਲਰ ਨੂੰ ਇੱਕਦਮ ਜਾਗ ਆ ਗਈ ਤੇ ਉਹ ਆਪਣੇ ਮੂਰਖਪੁਣੇ ਉੱਤੇ ਪਛਤਾਇਆ, ਪਰ ਆਕੜ ਨਾ ਛੱਡੀ। ਹੁਕਮ ਦਿੱਤਾ, ਖੈਰ ਉਸਦਾ ਤਾਂ ਅਸੀਂ ਇੰਤਜ਼ਾਮ ਕਰ ਲਵਾਂਗੇ। ਫਾਂਸੀ ਵਾਲੇ ਦੇ ਰਿਸ਼ਤੇਦਾਰ ਆ ਕੇ ਲਾਸ਼ ਲੈ ਜਾਣਗੇ, ਪਰ ਛੋਟੇ ਸਾਹਿਬ ਨੂੰ ਕਹਿਣਾ ਕਿ ਮਿਊਂਸੀਪਲ ਕਮੇਟੀ ਵਾਲਿਆਂ ਨੂੰ ਫੋਨ ਕਰ ਦੇਣ। ਇੱਕ ਲਵਾਰਿਸ ਲਾਸ਼ ਨੂੰ ਟਿਕਾਣੇ ਲਾਉਣਾ ਏ। ਸ਼ੁਕਰੀਆ।